फसली चक्कर बदलन लई सरकार किसानां नूं कर रही अपील, पर प्याज की खेती करन वाले किसान दा होया वड्डा नुकसान, नहीं बन रहा गर्मी दे चलदे प्याज दा बीज, इस वार कणक दा झाड़ घट होण कारण किसान परेशानी विच हन। दूजा परेशानी दा कारण यह है कि पानी दा लैवल हेठां जा रहा है ते अगली वार झोने की बिजाई करनी है। इस दे चलदे ही सरकार परेशान है कि किवें झोने नूं रोकिया जावे ते बाकी फसलां नूं अगाह कीता जावे। इस लई सरकार किसानां नूं कुछ बदलाव करन दी अपील कर रही है। झोने की सीधी बिजाई करन लई बोलिया जा रहा है जां फिर दूजी फसलां उगाउण लई कहा जा रहा है, जिस नूं पानी की लागत बेहद घट लगती है। परंतु संगरूर विच अजिहे ही किसान हन जिन्हां ने सरकार दे कहण तों पहलां ही दूजियां फसलां उगाउणियां शुरू कर दित्तियां हन। कोई सब्जी की खेती कर लग्या, कोई फुलां दी अते कोई प्याज की खेती तैयार कर लगे हन अते फिर भी परेशान हन। आखिर क्यों, आओ सुनते हाँ किसानां दी जुबानी। असीं सत्त लगभग जी सत्त एकड़ है साढ़े कोल, कुछ मतलब कि सर्दी वाला कुछ गर्मी वाला भी, असीं जिहड़ा सेमी चमनेरी बीजदी है दोनों वरायटियां कर रहे हैं ते इहदी बहुत ज़्यादा भारी वड्डा नुकसान है जी। साडा 20% सीड तैयार हो रहा है, खर्चे पिछले साल नूं सारे सालों नूं ज़्यादा वध गया, लेबर ते रे स्प्रे खर्चा बहुत ज़्यादा वध गया जी। ਕਿੰਨਾ ਕੁ ਨੁਕਸਾਨ ਆ ਤੁਹਾਨੂੰ ਇਸ ਵਾਰੀ ਹੋ ਰਿਹਾ ਪ੍ਰਤੀ ਏਕੜ ਦੇ ਹਿਸਾਬ ਦੇ ਨਾਲ? ਸਾਨੂੰ 2.5 ਤੋਂ 3 ਲੱਖ ਰੁਪਏ, 3.5 ਲੱਖ ਰੁਪਏ ਦਾ ਨੁਕਸਾਨ ਹੈ ਐਤਕੀ, ਕਿਉਂ ਖਰਚੇ ਵੱਧ ਗਏ, ਬੀਜ ਦੀ ਪ੍ਰੋਡਕਸ਼ਨ 20% ਰਹਿ ਗਈ। ਕਿੰਨਾ ਖਰਚਾ ਆਉਂਦਾ ਪ੍ਰਤੀ ਏਕੜ ਦੇ ਹਿਸਾਬ ਦੇ ਨਾਲ ਪੂਰਾ? ਇਹਦੇ ਲਗਭਗ ਜੀ 1.5 ਲੱਖ ਰੁਪਇਆ, 5-7 ਹਜ਼ਾਰ ਉੱਤੇ ਹੋ ਸਕਦਾ ਥੱਲੇ ਹੋ ਸਕਦਾ, ਉਸ ਸਮੇਂ ਦੇ ਹਿਸਾਬ ਨਾਲ ਜੀ ਖਰਚਾ ਤਾਂ ਬਹੁਤ ਜ਼ਿਆਦਾ ਹੁੰਦਾ ਜੀ। ਤੁਸੀਂ ਕੀ ਮੰਗ ਕਰਦੇ ਹੋ ਸਰਕਾਰ ਤੋਂ? ਸਰਕਾਰਾਂ ਜਿਵੇਂ ਕਹਿ ਰਹੀਆਂ ਨੇ ਕਿਸਾਨਾਂ ਨੂੰ ਬਦਲਵੀਂ ਖੇਤੀ ਕਰੋ, ਇੱਧਰ ਨੂੰ ਜਾਓ ਝੋਨੇ ਦਾ ਖਹਿੜਾ ਛੱਡੋ, ਤੁਸੀਂ ਛੱਡਿਆ ਇੱਧਰ ਨੂੰ ਆਇਆ ਪਰ ਨੁਕਸਾਨ ਥੱਲੇ। ਚਾਹੁੰਦਾ ਤਾਂ ਜੀ ਇਹ ਕਿਸਾਨ ਵੀ ਹੈ ਵੀ ਬਦਲਵੀਂ ਖੇਤੀ ਹੋ ਜੇ, ਹੁਣ ਝੋਨੇ 'ਤੇ ਪਾਣੀ ਬਹੁਤ ਲੱਗਦਾ, ਤੰਗ ਆ ਗਏ, ਪਰ ਅਸੀਂ ਨੇ ਕਰਿਆ, ਹੁਣ ਮਾਰ ਬਹੁਤ ਪੈ ਗਈ, ਕੋਈ ਬੀਮੇ ਦੀ ਸੁਵਿਧਾ ਮਿਲ ਜੇ, ਹੁਣ ਸਾਨੂੰ ਜਦੋਂ ਕਣਕ ਦੀ ਵਾਢੀ ਚੱਲਦੀ ਹੈ ਲਾਈਟ ਦੀ ਬਹੁਤ ਵੱਡੀ ਪ੍ਰੋਬਲਮ ਹੈ, ਕੋਈ ਸਬਜ਼ੀ ਵੈਜੀਟੇਬਲ ਆਇਲ ਨੂੰ ਸੋਲਰ ਪਲਾਂਟ ਦੀ ਸਕੀਮਾਂ ਮਿਲ ਜਾਣ ਜੀ, ਫਿਰ ਇਕੱਲੀ ਸਰਕਾਰ ਨਹੀਂ ਕਾਮਯਾਬ ਹੁੰਦੀ, ਇਕੱਲੇ ਕਿਸਾਨ ਨਹੀਂ ਕਾਮਯਾਬ ਹੁੰਦੇ, ਰਲ ਮਿਲ ਕੇ ਹੀ ਹੰਬਲਾ ਮਾਰਨਾ ਪਊ ਸਾਰਿਆਂ ਨੂੰ, ਫਿਰ ਹੱਲ ਨਿਕਲ ਸਕਦਾ, ਨਹੀਂ ਤਾਂ ਕੋਈ ਬੁਰਾ ਹਾਲ ਹੈ ਜੀ। ਗਰਮੀ ਨੇ ਤਾਂ ਐਤਕੀ ਏਸੀ ਦੇਸੀ ਕਰਤੀ, ਕਣਕਾਂ ਦੇ ਝਾੜ ਬਹੁਤ ਘੱਟ ਨੇ, ਸਾਡੇ ਪਿਆਜ 'ਤੇ ਤਾਂ ਸਭ ਤੋਂ ਜ਼ਿਆਦਾ ਮਾੜਾ ਅਸਰ ਹੈ ਜੀ। ਹੁਣ ਕਿਸਾਨ ਦਾ ਮਨ ਹੈਗਾ ਵੀ ਮੈਂ ਬਦਲਵੀਂ ਖੇਤੀ ਕਰਾਂ, ਜੇ ਸਰਕਾਰਾਂ ਸਾਥ ਦੇਣ ਫਿਰ ਗੱਡੀ ਚੱਲੂ ਜੀ। ਲੱਗਦਾ ਜੀ ਫਸਲ ਬੀਮਾ ਹੋਣਾ ਜ਼ਰੂਰੀ ਹੈ? ਜ਼ਰੂਰ, ਬਹੁਤ ਜ਼ਰੂਰੀ ਹੈ ਜੀ। ਹੁਣ ਸਾਡੇ ਦੇਖ ਲਓ ਕਿੰਨਾ ਨੁਕਸਾਨ ਹੋ ਰਿਹਾ ਜੀ, ਖਰਚੇ ਤਾਂ ਉਦੋਂ ਵਧੇ ਨੇ, ਪ੍ਰੋਡਕਸ਼ਨ ਜਮੀ ਘੱਟ ਗਈ। ਨੁਕਸਾਨ ਤਾਂ ਹੈ ਜੀ ਸਾਡਾ, ਜਿਵੇਂ ਨਾਲ ਵੈਜੀਟੇਬਲ ਦਾ ਕੰਮ ਹੈ ਜੀ, ਸ਼ਿਮਲਾ ਮਿਰਚ ਲਾ ਰਹੇ ਹਾਂ ਜੀ, ਅਤੇ ਆਪਣਾ ਜੀ ਬਤਾਊ ਲਾ ਰਹੇ ਹਾਂ ਜੀ, ਖੀਰਾ ਲਾ ਰਹੇ ਹਾਂ, ਕਰੇਲਾ ਲਾ ਰਹੇ ਹਾਂ ਜੀ, ਘੀਆ ਕੱਦੂ ਲਾ ਰਹੇ ਹਾਂ ਜੀ, ਅਤੇ ਨਾਲ ਸਾਡੀ ਸੀਡ ਪ੍ਰੋਡਕਸ਼ਨ ਹੈ ਜੀ, ਸੀਡ ਦਾ ਕੰਮ ਕਰ ਰਹੇ ਹਾਂ ਜੀ, ਪਿਆਜ਼ ਦਾ ਸੀਡ ਤਿਆਰ ਕਰ ਰਹੇ ਹਾਂ ਜੀ। ਪਿਆਜ਼ ਦੇ ਸੀਡ ਦੇ ਵਿੱਚ ਕਿਸ ਤਰ੍ਹਾਂ ਦੀ ਦਿੱਕਤ ਆ ਰਹੀ ਹੈ ਹੁਣ, ਕੀ ਚੀਜ਼ ਆ? ਦਿੱਕਤ ਬਹੁਤ ਜ਼ਿਆਦਾ ਆ ਰਹੀ ਹੈ ਜੀ ਇਸ ਵਾਰ ਸਮੇਂ ਦੇ ਬਦਲਾਅ ਨਾਲ, ਗਰਮੀ ਪੈਣ ਦੇ ਕਾਰਨ ਪਿਆਜ਼ ਦੇ ਅੰਦਰ ਤਕਰੀਬਨ 70-80% ਐਤਕੀ ਨੁਕਸਾਨ ਹੈ ਜੀ, ਅਤੇ 20-25% ਸਾਡਾ ਸੀਡ ਤਿਆਰ ਹੋਇਆ ਜੀ, ਅਤੇ ਮਤਲਬ 75-80% ਕਾਫੀ ਨੁਕਸਾਨ ਹੈ ਜੀ ਇਹਦੇ ਅੰਦਰ। ਕਿੰਨਾ ਕੁ ਵੱਡਾ ਨੁਕਸਾਨ ਮੰਨਦੇ ਹੋ ਪ੍ਰਤੀ ਏਕੜ ਦੇ ਹਿਸਾਬ ਦੇ ਨਾਲ? ਪ੍ਰਤੀ ਏਕੜ ਨਾਲ ਤਕਰੀਬਨ ਸਾਡਾ ਸਾਲ ਜੀ 3 ਲੱਖ ਰੁਪਈਆਂ ਦੇ ਆਸ ਪਾਸ, 2.5-3 ਲੱਖ ਰੁਪਏ ਦਾ ਨੁਕਸਾਨ ਹੈ ਜੀ। ਕਿਸ ਤਰ੍ਹਾਂ ਦੀ ਮੰਗ ਕਰਦੇ ਹੋ ਕਿ ਬਦਲਵੀਂ ਖੇਤੀ ਵੱਲ ਸਰਕਾਰਾਂ ਉਤਸ਼ਾਹਿਤ ਕਰ ਰਹੀਆਂ ਨੇ ਕਿਸਾਨਾਂ ਨੂੰ, ਤੁਸੀਂ ਕੁਝ ਵੱਖਰਾ ਕਰਿਆ ਫਿਰ ਨੁਕਸਾਨ? ਕਿਸ ਤਰ੍ਹਾਂ ਦੀ ਪਾਲਿਸੀ ਹੋਣੀ ਚਾਹੀਦੀ ਹੈ ਕਿਸਾਨਾਂ ਲਈ? ਪਾਲਿਸੀ ਤਾਂ ਹੈ ਜੀ, ਇਹ ਜਿਹੜੇ ਵੈਜੀਟੇਬਲ ਕਣੀ ਜਾਂ ਅਸੀਂ ਸੀਡ ਪ੍ਰੋਡਕਸ਼ਨ ਦਾ ਕੰਮ ਕਰ ਰਹੇ ਸੀ, ਇੱਕ ਬਹੁਤ ਛੋਟੇ ਜ਼ਿਮੀਦਾਰ ਹੁੰਦੇ ਆ ਜੀ, ਜਿਹੜੇ ਵੱਡੇ ਫਾਰਮਰ ਨੇ ਉਹਨਾਂ ਦੇ ਕੰਮ ਦਾ ਨਹੀਂ ਹੁੰਦਾ, ਛੋਟੇ ਫਾਰਮਰ ਵੈਜੀਟੇਬਲ ਦਾ ਕੰਮ ਕਰ ਰਹੇ ਨੇ, ਇਹਨਾਂ ਦੀ ਭਰਪਾਈ ਬਹੁਤ ਨੁਕਸਾਨ ਹੈ ਜੀ, ਭਰਪਾਈ ਸਰਕਾਰ ਨੂੰ ਇਹਨਾਂ ਦੀ ਕਰਨੀ ਚਾਹੀਦੀ ਜੀ, ਇਹਨਾਂ ਜੋ ਵੀ ਨੁਕਸਾਨ ਹੋਇਆ ਹੈ ਉਹਦੇ ਕਦਾਬਰੀ ਕਰਾ ਕੇ, ਪਟਵਾਰੀ ਭੇਜ ਕੇ, ਤਹਿਸੀਲਦਾਰ ਜੋ ਉਹਨਾਂ ਨੂੰ ਸਾਡੇ ਖੇਤ 'ਚ ਆ ਕੇ ਉਹ ਦੇਖਣ, ਸਾਡਾ ਕਾਫੀ 2 ਲੱਖਾਂ ਦਾ ਨੁਕਸਾਨ ਹੋ ਰਿਹਾ ਜੀ, ਅਤੇ ਠੇਕੇ ਦੀਆਂ ਜ਼ਮੀਨਾਂ ਨਹੀਂ ਸਾਡੇ ਲਵੇ, 72-72 ਹਜ਼ਾਰ ਰੁਪਇਆ ਠੇਕਾ ਜੀ, ਅਤੇ ਸਾਨੂੰ ਵੈਜੀਟੇਬਲ ਦੇ ਕਾਰਨ, ਮਜਬੂਰੀ ਦੇ ਕਾਰਨ ਸਾਨੂੰ ਜ਼ਿਆਦਾ ਠੇਕਿਆਂ 'ਤੇ ਜ਼ਮੀਨਾਂ ਲੈਣੀਆਂ ਪੈਂਦੀਆਂ ਨੇ ਜੀ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਪਿੰਡ ਸਤੌਜ ਵਿੱਚ ਕਿਸਾਨਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਕਰਨ ਦਾ ਹੋਕਾ ਦਿੱਤਾ ਹੈ ਅਤੇ ਨਾਲ ਹੀ ਦੂਜੀਆਂ ਫਸਲਾਂ ਵੱਲ ਰੁੱਖ ਕਰਨ ਲਈ ਕਿਹਾ। ਭਗਵੰਤ ਮਾਨ ਨੇ ਕਿਹਾ ਮੂੰਗੀ, ਮੱਕੀ, ਸੂਰਜਮੁਖੀ, ਬਾਜਰਾ ਦੇ ਸਰਕਾਰ ਉਹਨਾਂ ਨੂੰ MSP ਦੇਵੇਗੀ। ਸਰਕਾਰ ਕੋਈ ਪ੍ਰਬੰਧ ਤੁਹਾਨੂੰ ਇਹੋ ਜਿਹਾ ਨਹੀਂ ਦਿੰਦੀ ਕਿ ਤੁਹਾਨੂੰ ਜੀਰੀ ਤੋਂ ਵੀ ਵੱਧ ਆਮਦਨ ਆਉਣ ਲੱਗ ਜੇ, ਪਰ ਉਹ ਤੋਂ ਪਹਿਲਾਂ ਆਪਾਂ ਇੱਕ ਤਜਰਬਾ ਕਰ ਸਕਦੇ ਹਾਂ। ਮੈਂ ਨਹੀਂ ਕਹਿੰਦਾ ਸਾਰੇ ਹੀ 'ਤੇ ਕਰੋ, ਜਿਹੜਾ 10 ਕਿੱਲਿਆਂ ਵਾਲਾ 5 'ਤੇ ਕਰ ਲਓ, 6 'ਤੇ ਕਰ ਲਓ, ਜਿਹੜਾ 20 ਵਾਲਾ 10 'ਤੇ ਕਰ ਲਓ, 12 'ਤੇ ਕਰ ਲਓ। ਸਿੱਧੀ ਬਿਜਾਈ ਵਾਲਾ ਜਿਹੜਾ
फार्मूला उन्होंने आप वरती नहीं कोई नहीं मूंगी मक्की बाजरा सूरजमुखी असी MSP देवे सरकार अपने खर्चे से चक्कू असी भावें उन्होंने सिंगापुर में बेचिए भावें उन्होंने यूक्रेन बेचिए जिन्होंने मर्जी बेचिए थानू MSP दे। ब्यूरो रिपोर्ट सांझ TV। फगवाड़ा दे विच आशू दी हट्टी दा खुला चैलेंज जित्थों तुहानू मिलणगे शहर विच सब तो सस्ते रेट ते सूट लहंगे साड़ियां ते प्लाजो। आशू दी हट्टी दा एक ही वादा तुहानू मिलणगे वधिया क्वालिटी दे कपड़े पर रेट नहीं होवेगा ज्यादा। एक बार विजिट जरूर करो आशू दी हट्टी ऑपोजिट बस स्टैंड फगवाड़ा।